ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ ਸਾਰਿਆਂ ਦੇ। ਸੋ ਸਟੂਡੈਂਟ ਕੋਟਾ ਸੀਜ਼ਨ 1 ਨੂੰ ਪਿਆਰ ਦੇਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਤੋਂ ਆਪਾਂ ਫ੍ਰੀ ਹੋ ਗਏ ਹਾਂ ਅਤੇ ਵਲੋਗਿੰਗ ਕਰਦੇ ਹਾਂ ਸਟਾਰਟ। ਥੋੜ੍ਹੇ ਕੁ ਦਿਨਾਂ ਤੱਕ ਸੀਜ਼ਨ 2 ਸਟਾਰਟ ਕਰਾਂਗੇ ਐਂਡ ਅਸੀਂ ਤਿਆਰ ਸ਼ਿਆਰ ਅੱਜ ਤਾਂ ਹੋਏ ਹਾਂ ਕਿਉਂਕਿ ਸਾਡਾ ਭਰਾ ਆ ਰਿਹਾ ਪਿੰਡੋਂ ਹਰਮਨ, ਅਤੇ ਉਹਨੂੰ ਆਪਾਂ ਏਅਰਪੋਰਟ ਤੋਂ ਲੈਣ ਜਾਣਾ ਹੈ ਅਤੇ ਤੁਹਾਨੂੰ ਕੁਐਸਚਨ ਵਗੈਰਾ ਜਿਹੜੇ ਅੱਜ ਕੱਲ੍ਹ ਪੁੱਛੇ ਜਾਂਦੇ ਆ ਉਹਨਾਂ ਬਾਰੇ ਗੱਲਬਾਤ ਕਰਾਂਗੇ। ਉਹਨੂੰ ਕੁਝ ਖਵਾਉਣੇ ਪਿਆਉਣੇ ਆ, ਕੈਨੇਡਾ ਦਾ ਹਾਲ ਚਾਲ ਦੱਸਦੇ ਹਾਂ ਹੈ ਨਾ ਵੀ ਕਿੱਦਾਂ ਸਿਸਟਮ ਚੱਲਦਾ। ਅਤੇ ਉਸ ਤੋਂ ਪਹਿਲਾਂ ਅਸੀਂ ਸਾਡਾ ਭਾਂਜਾ ਹੈਗਾ ਅਰਪਣ, ਉਹਨੂੰ ਚੱਕਣਾ ਆ ਉਹਦੇ ਘਰੋਂ, ਅਤੇ ਉਹਨੂੰ ਚੱਕਦੇ ਹਾਂ ਅਤੇ ਨਾਲ ਹੀ ਰਹਿੰਦਾ ਆਪਣੇ ਨੇੜੇ 'ਤੇ 5 ਮਿੰਟ ਦਾ ਰਾਹ ਆ। ਉਹਨੂੰ ਚੱਕ ਕੇ ਫਿਰ ਅਸੀਂ ਏਅਰਪੋਰਟ ਜਾਂਦੇ ਹਾਂ ਅਤੇ ਦਿਖਾਉਣੇ ਆ ਤੁਹਾਨੂੰ ਵੀ ਅੱਜ ਦਾ ਵਲੋਗ ਕਿੱਦਾਂ ਦਾ ਹੁੰਦਾ ਆ। ਲਾਈਫ ਸਟਾਈਲ ਵਲੋਗ ਬਣਾਵਾਂਗੇ ਕੁਝ ਇਨਫੋਰਮੇਸ਼ਨ ਦੇ ਨਾਲ ਅੱਜ ਫਿਰ। ਸੋ ਲਓ ਜੀ, ਆਹ ਬੰਦਾ ਸਾਡਾ ਆ ਗਿਆ ਅਰਪਣ, ਅਤੇ ਇਹਦੇ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਹੈ। ਕਹਿਣ ਨੂੰ ਸਾਡਾ ਭਾਂਜਾ ਹੈ ਪਰ ਪਿਆਰ ਸਾਡਾ ਭਰਾ ਵਰਗਾ। ਸੋ ਇਹਨੇ ਟਾਈਮ ਲਾਤਾ ਬਈ ਤਿਆਰ ਹੋਣ ਤੇ। ਸੋ ਜਿਨ ਹਰਮਨ, ਇਹਨੂੰ ਤੂੰ ਕਹਿ ਸਕਦਾ ਲੇਟ ਹੋਣ ਦਾ ਕਾਰਨ ਇਹ ਆ, ਇਹਨੂੰ ਮੈਂ ਬਹੁਤ ਟਾਈਮ ਦਾ ਦੱਸਿਆ ਸੀ ਤੇ ਹੁਣ ਆਇਆ। ਨਾ 2 ਮਿੰਟ ਲੱਗੇ ਸਾਰੇ। ਚਲੋ ਫਿਰ ਆਪਾਂ ਚੱਲਦੇ ਹੁਣ ਘਰੋਂ ਨਿਕਲਣ ਲੱਗੇ ਆ ਤੇ ਹਰਮਨ ਵੀ ਬਾਹਰ ਆ ਗਿਆ ਮੇਰਾ। ਓਕੇ ਸਰ, ਬਾਏ। ਸੋ ਲਓ ਜੀ, ਅਸੀਂ ਏਅਰਪੋਰਟ ਪਹੁੰਚ ਗਏ ਹਾਂ ਅਤੇ ਡੀ ਨੰਬਰ 'ਤੇ ਬਾਈ ਆਇਆ। ਸੋ ਇੱਥੇ ਅਲੱਗ ਅਲੱਗ ਤਰ੍ਹਾਂ ਦੇ ਨੰਬਰ ਹੁੰਦੇ ਨੇ ABCD। ਸੋ ਜਿਹਦੇ 'ਤੇ ਖੜਾ ਹੋਵੇ ਬੰਦਾ ਪਹਿਲਾਂ ਉਹਨੂੰ ਫੋਨ ਕਰਕੇ ਪੁੱਛ ਲਈ, ਅੰਦਰ ਵਾਈਫਾਈ ਹੁੰਦਾ, ਗੱਲਬਾਤ ਹੋ ਜਾਂਦੀ ਹੈ। ਅਤੇ ਕਰਨ ਉਹਨੂੰ ਦੇਖਣ ਗਿਆ, ਮੈਨੂੰ ਲੱਗਦਾ ਕਰਨ ਨੂੰ ਲੱਭ ਗਿਆ ਹੈ ਨਾ, ਬਸ ਮਾਰੀ ਜਾਂਦਾ ਇਸ਼ਾਰੇ ਜੀ। ਹਾਂ, ਅਤੇ ਇੱਥੇ ਪਾਰਕਿੰਗ ਥੋੜ੍ਹੀ ਜਿਹੀ ਘੱਟ ਹੁੰਦੀ ਹੈ। ਸੋ ਅਸੀਂ ਐਂ ਜੇ ਗੱਡੀ ਲਾ ਤੀ ਆ, ਅਤੇ ਬਾਕੀ ਕਿੱਥੇ ਉਹ ਆ ਗਿਆ। ਚਲੋ ਮੁੰਡਾ ਮਿਲਾਉਣੇ ਆ ਤੁਹਾਨੂੰ ਫਿਰ। ਸੋ ਲਓ ਜੀ, ਮੁੰਡਾ ਆ ਗਿਆ, ਠੀਕ ਆ, ਅਤੇ ਅਸੀਂ ਇਹਦੇ ਬੈਗ ਬੂਗ ਰੱਖਦੇ ਹਾਂ। ਅਤੇ ਮੇਨ ਇੱਥੇ ਹੁੰਦਾ ਕਿ ਸਟੱਡੀ ਪਰਮਿਟ ਦਾ ਚੈੱਕ ਕਰਨਾ ਕਿ ਤੁਹਾਡਾ ਨੇਮ ਵਗੈਰਾ ਸਾਰਾ ਕੁਝ ਸਹੀ ਹੈਗਾ। ਕਰ ਲਿਆ? ਹਾਂਜੀ ਹਾਂਜੀ ਕਰ ਲਿਆ, ਠੀਕ ਆ। ਸੋ ਮੁੰਡੇ ਨੇ ਕੌਫੀ ਲਈ ਆ, ਦਿਖਾ ਬਈ ਕੌਫੀ ਕਿਹੜੀ ਲਈ ਆ। ਸਟਾਰ ਬਕਸ, ਸਟਾਰ ਬਕਸ ਪੀਂਦਾ ਮੁੰਡਾ, ਠੀਕ ਆ। ਸੋ ਹੁਣ ਇਹਨੂੰ ਆਪਾਂ ਕੁਝ ਖਵਾਉਣੇ ਪਿਆਉਣੇ ਆ। ਹੋਰ ਅਰਮਨ, ਕਿਵੇਂ ਦਾ ਲੱਗ ਰਿਹਾ ਕੈਨੇਡਾ ਦੀ ਪਵਿੱਤਰ ਧਰਤੀ ਤੇ ਪੈਰ ਰੱਖ ਕੇ? ਠੰਡਾ ਠੰਡਾ ਠੰਡਾ, ਮੱਥਾ ਟੇਕਿਆ, ਮੱਥਾ ਟੇਕਿਆ ਬਾਈ। ਸੋ ਅੱਜ ਅਸਲ 'ਚ ਵੈਸੇ ਵੀ ਥੋੜ੍ਹੀ ਜਿਹੀ ਠੰਡ ਆਵੇ, ਮੈਂ ਵੀ ਜੈਕਟ ਪਾ ਕੇ ਆਇਆ। ਸੋ ਅੱਗੇ ਨਾਲ ਠੰਡ ਆ ਥੋੜ੍ਹੀ ਜਿਹੀ, ਹੁਣ ਪਰੌਂਠੇ ਪਰੌਂਠੇ ਖਾਣੇ ਆ। ਚੱਲਦੇ, ਕੋਈ ਨਾ ਫਿਰ ਪਤਾ ਲੱਗੇਗਾ। ਚਲਾਓ, ਠੀਕ ਹੈ, ਚਲੋ ਫਿਰ ਚੱਲੀਏ। ਉਹ ਹੁਣ ਅਸੀਂ ਖਾਣ ਪੀਣ ਪਹੁੰਚ ਗਏ ਜੀ, ਅਤੇ ਔਡਰ ਅਸੀਂ ਪਹਿਲਾਂ ਹੀ ਕਰਤਾ ਸੀ। ਮੈਂ ਆਪਣੇ ਲਈ ਕਰਾਏ ਆ ਪਨੀਰ ਪਰੌਂਠਾ, ਅਤੇ ਅਰਪਣ ਤੂੰ ਹੀ ਕਰਾਇਆ ਸੀ ਗੋਭੀ ਵਾਲਾ ਪਰੌਂਠਾ, ਕਰਨ ਅਤੇ ਹਰਮਨ ਨੇ ਕਰਾਈ ਆ ਬਾਬਾ ਭਾਜੀ। ਸੋ ਹੁਣ ਖਾਂਦੇ ਹਾਂ ਅਤੇ ਫਿਰ ਇਸ ਤੋਂ ਬਾਅਦ ਆਪਾਂ ਹਰਮਨ ਤੋਂ 2-4 ਸਵਾਲ ਪੁੱਛਾਂਗੇ ਹੈ ਨਾ, ਜਿਹੜੇ ਇਮੀਗ੍ਰੇਸ਼ਨ ਦੇ ਵਿੱਚ ਇਹਨੂੰ ਉਹਨਾਂ ਨੇ ਪੁੱਛੇ। ਪਹਿਲਾਂ ਮੈਂ ਕਿਹਾ ਮੁੰਡੇ ਨੂੰ ਪੇਟ ਪੂਜਾ ਕਰਾ ਦਈਏ, ਪਹਿਲਾਂ ਥੋੜ੍ਹਾ ਜਿਹਾ ਰੱਜ 'ਚ ਜਾਵੇ, ਨਹੀਂ ਤਾਂ ਇਹਨੇ ਸਵਾਲ ਜਾਂ ਦੱਸਣੇ ਹੈ ਨਾ। ਖਾ ਪੀ ਕੇ ਬੰਦਾ ਥੋੜ੍ਹਾ ਜਿਹਾ ਤਕੜਾ ਹੋ ਕੇ ਦੱਸੂਗਾ। ਲਓ ਜੀ, ਲਾਈਟ ਹੋ ਗਈ, ਚੱਲਦੇ ਹਾਂ। ਹਾਂ ਤੂੰ ਵੀ। ਚਲੋ ਜੀ, ਫਾਈਨਲੀ ਸਾਡੇ ਵੀ ਪਨੀਰ ਪਰੌਂਠੇ ਆ ਗਏ ਆ, ਠੀਕ ਆ। ਅਤੇ ਇੱਧਰ ਛੋਲੇ ਭਟੂਰੇ ਵਾਲੇ ਬੰਦੇ ਵੀ ਬੈਠੇ ਜਿਨ੍ਹਾਂ ਨੇ ਛੋਲੇ ਭਟੂਰੇ ਖਾਣੇ ਆ, ਅਤੇ ਇਹਨਾਂ ਦਾ ਸਾਰਾ ਕੁਝ ਡਨ ਹੋ ਚੁੱਕਿਆ ਲੱਗਦਾ ਆਲਮੋਸਟ। ਹਾਂ ਹਰਮਨ, ਕਿਵੇਂ? ਵਧੀਆ, ਬਹੁਤ ਵਧੀਆ ਭੈਣ। ਹਾਂ ਅਰਪਣ, ਤੇਰਾ ਜਾਇਆ ਨਹੀਂ, ਠੀਕ ਆ। ਹੁਣ ਅਸੀਂ ਇੱਥੇ ਗੈਸ ਸਟੇਸ਼ਨ ਰੁਕੇ ਸੀ, ਅਤੇ ਕਰਨ ਇੱਥੇ ਹਰਮਨ ਨੂੰ ਦੱਸ ਰਿਹਾ ਕਿ ਗੈਸ ਸਟੇਸ਼ਨ 'ਤੇ ਤੇਲ ਕਿਵੇਂ ਪਵਾਈਦਾ ਆ। ਮੈਂ ਕਿਹਾ ਪਹਿਲੇ ਦਿਨ ਮੁੰਡਾ ਆਇਆ, ਇਹਨੂੰ ਦੱਸ ਦਈਏ। ਅਤੇ ਇੱਧਰ ਬਾਈ ਅਰਪਣ ਕਰਦਾ ਗੈਸ ਸਟੇਸ਼ਨ ਦੇ ਕੰਮ। ਅਰਪਣ, ਕਿਵੇਂ ਦਾ ਹੁੰਦਾ ਕੰਮ ਗੈਸ ਸਟੇਸ਼ਨ ਦਾ? ਵਧੀਆ ਸੌਖਾ, ਨਾਈਟ ਵਾਲਾ, ਨਾਈਟ ਦਾ ਕੰਮ ਜ਼ਿਆਦਾ ਸੌਖਾ ਹੁੰਦਾ ਵਾ। ਅੱਛਾ, ਤੈਨੂੰ ਸਾਰਾ ਕੁਝ ਯਾਦ ਆ, ਸਿਗਰਟ ਸੁਗਰੇ ਦਾ ਦਿੰਦਾ? ਹੋਰ ਫਿਰ ਦੱਸ ਦੇ ਕਿਹੜੇ ਕਿਹੜੇ ਹੁੰਦੇ ਆ। ਸਾਰ ਨਾਲੋਂ ਮਹਿੰਗੀ ਹੁੰਦੀ ਆ ਬੈਲਮੋਡ, ਹੈ, ਤੇ ਸਾਰ ਨਾਲੋਂ ਸਸਤੀ ਹੁੰਦੀ ਪੋਲਮੋਡ। ਤੇਰੀ ਕਿਹੜੀ ਫੇਵਰੇਟ ਹੈ? ਠੀਕ ਆ, ਤੇ ਗੈਸ ਸਟੇਸ਼ਨ ਦਾ ਕੰਮ ਕਿੰਨੇ ਕੁ ਪੈਸੇ ਬਣ ਜਾਂਦੇ ਗੈਸ ਸਟੇਸ਼ਨ ਦੇ ਕੰਮ ਦੇ? ਗੈਸ ਦਾ ਕੰਮ ਮਾਮਾ ਹੈਗਾ ਤਾਂ ਸੌਖਾ ਵਾ, ਪਰ ਇਹਦੇ ਚ ਪੈਸੇ ਜਿਵੇਂ ਘੱਟ ਬਣਦੇ ਆ ਬਾਕੀ ਨਾਲੋਂ, ਪਰ ਐ ਵੀ ਉਹ ਈਜ਼ੀ ਕੰਮ ਆ, ਬੰਦਾ ਸ਼ਿਫਟ ਲੰਬੀ ਲਾ ਸਕਦਾ ਆ। ਕੰਮ ਸੌਖਾ ਵਾ ਤੇ ਵਧੀਆ ਵਾ ਨਾਲੇ, ਸਗੋਂ ਜਿਹੜੇ ਮਤਲਬ ਸੁਣਨ ਆਉਂਦੇ ਸਗੋਂ ਜੇ ਕੰਮ ਮਿਲ ਜੇ ਬੜਾ ਵਧੀਆ ਵਾ, ਜੇ 5 ਸ਼ਿਫਟਾਂ ਮਿਲ ਜਾਣ ਤੇ ਫੀਸ ਵੀ ਸੋਹਣੀ ਨਿਕਲਦੀ, ਖਰਚਾ ਵੀ ਵਧੀਆ ਨਿਕਲਦਾ ਵਾ, ਤੇ ਸਾਰਾ ਕੁਝ ਵਧੀਆ ਗਾ, ਪੀਆਰ ਚ ਵੀ ਹੈਲਪ ਹੋ ਜਾਂਦੀ ਆ ਗੈਸ ਸਟੇਸ਼ਨ ਦੇ। ਹਾਂ, ਸੁਣ ਚ ਤਾਂ ਐਵੇਂ ਮਿਲਿਆ। ਠੀਕ ਆ, ਹਾਂ ਵੀ ਪਾਇਆ ਤੇਲ? ਹਾਂਜੀ ਹਾਂਜੀ। ਕਿਵੇਂ ਦਾ ਰਿਹਾ ਐਕਸਪੀਰੀਅੰਸ ਆਪਦੇ ਹੱਥੀ ਤੇਲ ਪਾ ਕੇ ਕੰਮ ਕਰਕੇ? ਬਹੁਤ ਵਧੀਆ, ਬਹੁਤ ਵਧੀਆ। ਹਾਂ, ਚੱਲ ਦੱਸ ਫਿਰ ਕਿਵੇਂ ਪਾਈਦਾ ਆ। ਸਭ ਤੋਂ ਪਹਿਲਾਂ ਕਾਰਡ ਪਾਉਣਾ ਜੀ ਮਸ਼ੀਨ ਦੇ ਵਿੱਚ,
ਫਿਰ ਡਿਸਾਈਡ ਕਰਨਾ ਵੀ ਕਿੰਨੇ ਅਮਾਊਂਟ ਦਾ ਪਾਣਾ ਹੈ ਫਿਰ ਪੁੱਛਣਗੇ ਜੇ ਪਹਿਲਾਂ ਪਾਉਂਦੇ ਰਹੇ ਹੋ ਕਿ ਨਹੀਂ ਕਿਹੜੇ ਕਾਰਡ ਤੋਂ ਪਾਣਾ ਲੋਇਲਟੀ ਤੇ ਇੱਕ ਹੋਰ ਆਪਸ਼ਨ ਹੁੰਦੀ ਉਹ ਇਹਨਾਂ ਦੇ ਉਹ ਹੁੰਦੇ ਆ ਪੁਆਇੰਟਸ ਕਾਰਡ ਪੁਆਇੰਟਸ ਕਾਰਡ ਹੁੰਦੇ ਆ ਵੀ ਉਹਦੇ ਤੋਂ ਗਾਂ ਆਪਾਂ ਨੂੰ ਐਕਸਟਰਾ ਚੀਜ਼ਾਂ ਮਿਲਦੀਆਂ ਹੈ ਫਿਰ ਤਿੰਨ ਤਰ੍ਹਾਂ ਦੇ ਗੈਸਿਸ ਨੇ ਜਿਹਨਾਂ ਤੁਹਾਡੀ ਗੱਡੀ 'ਚ ਕਿਹੜਾ ਪੈਂਦਾ ਹੈ ਉਹ ਤੁਸੀਂ ਸਿਲੈਕਟ ਕਰਕੇ ਤੇ ਵਪਾਉਣ ਲੱਗ ਪਓ ਜੀ ਵਪਾਉਣ ਲੱਗ ਹੈ ਗੱਡੀ ਹਾਂ ਪਰ ਆਪਾਂ ਕਿਹੜਾ ਪਵਾਇਆ ਸਸਤੇ ਵਾਲਾ ਸਭ ਤੋਂ ਕਿਉਂਕਿ ਜਿਹੜੀ ਦੂਜੀਆਂ ਗੱਡੀਆਂ ਹੁੰਦੀਆਂ ਜਿਵੇਂ ਮਰਸੀਡੀਜ਼ BMW ਉਹਨਾਂ ਦੇ ਵਿੱਚ ਪ੍ਰੀਮੀਅਮ ਪੈਂਦਾ ਇਹਦੇ ਵਿੱਚ ਨੋਰਮਲੀ ਪੈ ਜਾਂਦਾ ਸੋ ਗੱਡੀਆਂ ਦੇ ਵੀ ਹਿਸਾਬ ਰੱਖਣਾ ਪੈਂਦਾ ਹੁਣ ਜਿਹੜਾ ਫਰਕ ਕੇ ਰੇਟ ਦਾ ਉਹ ਦੇਖਿਆ ਹੋਣਾ ਤੂੰ ਜਿਹੜਾ ਨੋਰਮਲ ਉਹ ਕਿੰਨਾ 145 ਸੀ ਹੈ ਨਾ ਅੱਜ ਮਤਲਬ $1.45 ਤੇ ਜਿਹੜਾ ਸਭ ਤੋਂ ਉੱਤੇ ਵਾਲਾ ਉਹ ਆਪਣੇ ਕਿੰਨੇ ਕਦੇ 150 ਸੀ ਹਾਂ ਮਤਲਬ ਇੰਨਾ ਜ਼ਿਆਦਾ ਫਰਕ ਪੈ ਜਾਂਦਾ ਮਤਲਬ 30 ਸੈਂਟ ਦਾ ਫਰਕ ਹੁੰਦਾ ਹੈ ਨਾ ਉਹਨਾਂ ਦੇ ਵਿੱਚ ਹਾਂ ਬਾਈ ਅੱਜ ਤਾਂ ਮਹਿੰਗਾ ਹੋ ਗਿਆ ਮਹਿੰਗਾ ਨਹੀਂ ਠੀਕ ਹੈ ਸਸਤਾ ਹੈ ਸਗੋਂ ਸਸਤਾ ਸਟੂਡੈਂਟ ਕੋਟਾ ਦਾ ਪੈਨ ਹਰਮਨ ਨੂੰ ਦਿੱਤਾ ਜਾ ਰਿਹਾ ਹੈ ਆਉਣ ਤੇ ਖੁਸ਼ੀ ਪ੍ਰਗਟ ਹੋ ਰਹੀ ਹੈ ਲਓ ਜੀ ਹੁਣ ਥੋੜ੍ਹੀ ਬਹੁਤ ਅਸੀਂ ਰੈਸਟ ਕਰ ਲਈ ਆ ਅਤੇ ਆਪਾਂ ਹਰਮਨ ਤੋਂ ਤੁਹਾਡੇ ਸਵਾਲ ਜਵਾਬ ਪੁੱਛਦੇ ਹਾਂ ਅਤੇ ਹਰਮਨ ਦੱਸੋ ਪਹਿਲਾਂ ਆਪਦਾ ਇੰਡੀਆ ਦਾ ਐਕਸਪੀਰੀਅੰਸ ਦੱਸ ਕੇ ਇੰਡੀਆ ਜਦੋਂ ਬੋਰਡ ਕੀਤਾ ਸੀ ਉਹ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਦੇਖੋ ਚੈਕਿੰਗ ਕਰਨਾ ਸਿੰਪਲ ਹੈ ਕਈ ਤਾਂ ਔਨਲਾਈਨ ਚੈਕਿੰਗ ਕਰਕੇ ਵੀ ਆਉਂਦੇ ਉਹਨਾਂ ਦਾ ਕਾਫੀ ਟਾਈਮ ਬਚ ਜਾਂਦਾ ਬਟ ਬੈਗ ਡਿਪੋਜ਼ਿਟ ਕਰਾਉਣੇ ਹੁੰਦੇ ਉਹ ਚੀਜ਼ ਜ਼ਰੂਰ ਥੋੜ੍ਹਾ ਟਾਈਮ ਲੈਂਦੀ ਹੈ ਰਹਿੰਦੀ ਅਤੇ ਇਹ ਚੀਜ਼ ਜ਼ਰੂਰ ਧਿਆਨ ਰੱਖਣੀ ਪੈਂਦੀ ਹੈ ਵੀ ਜਿਹੜੇ ਬੈਗ ਹੈ ਨਾ ਕੈਬਿਨ ਬੈਗ ਉਹ ਇੱਕੋ ਹੀ ਅਲਾਊਡ ਹੁੰਦਾ ਹੈ ਕਈ ਕਹਿੰਦੇ ਹੁੰਦੇ ਵੀ ਦੋ ਬੈਗ ਪੈਕ ਅਲਾਊਡ ਹੈ ਇੱਕ ਲੈਪਟੋਪ ਬੈਗ ਅਤੇ ਇੱਕ ਜਿਹੜਾ ਕੈਬਿਨ ਬੈਗ ਹੁੰਦਾ ਉਹ ਵੀ ਅਲਾਊਡ ਹੁੰਦਾ ਹੈ ਉਹ ਬਿਜ਼ਨਸ ਕਲਾਸ ਵਾਲੇ ਨੂੰ ਅਲਾਊਡ ਹੁੰਦਾ ਹੈ ਇਕਨੋਮਿਕ ਕਲਾਸ ਵਾਲਿਆਂ ਨੂੰ ਅਲਾਊਡ ਨਹੀਂ ਹੁੰਦਾ ਸੋ ਇੱਕ ਹੀ ਲੈ ਕੇ ਆਓ ਬਿਲਕੁਲ ਇੱਕ ਹੀ ਲੈ ਕੇ ਜਾਓ ਨਹੀਂ ਤਾਂ ਇੱਕ ਉੱਥੇ ਹੀ ਛੱਡਣਾ ਪੈ ਜਾਂਦਾ ਠੀਕ ਆ ਅਤੇ ਬਾਕੀ ਜਿਹੜਾ ਸਮਾਨ ਸਮੂਨ ਆਪਾਂ ਲੈ ਕੇ ਆਉਣੇ ਜਿਵੇਂ ਇਲੈਕਟ੍ਰੋਨਿਕਸ ਦਾ ਉਹਨਾਂ ਦਾ ਕੀ ਸਿਸਟਮ ਹੁੰਦਾ ਹੈ ਇਲੈਕਟ੍ਰੋਨਿਕਸ ਦਾ ਸਾਰਾ ਹੀ ਸਮਾਨ ਹੈ ਲੈਪਟੋਪ ਪਾਵਰ ਬੈਂਕ ਈਵਨ ਕਿ ਛੋਟੀਆਂ ਜਿਹੀ ਸੈੱਲ ਵੀ ਹੈ ਕਿਸੇ ਤਰੀਕੇ ਦੇ ਤੁਹਾਡੇ ਕੋਲ ਡਾਟਾ ਕੇਬਲ ਹੈ ਜਾਂ ਕੋਈ ਵੀ ਹਾਰਡ ਡਰਾਈਵ ਹੈ ਨਾ ਉਹ ਵੀ ਅਲੱਗ ਤੋਂ ਇੱਕ ਜਿਹੜੇ ਕੈਬਿਨ ਬੈਗ ਉਹਦੇ ਵਿੱਚ ਹੀ ਲੈ ਕੇ ਆਓ ਵੱਡੇ ਬੈਗ ਵਿੱਚ ਆਏ ਮਤਲਬ ਕੋਈ ਸਮਾਨ ਨਹੀਂ ਪਾਉਣਾ ਅਤੇ ਕਿਉਂਕਿ ਜੇ ਉਹਦੇ ਵਿੱਚ ਕੁਛ ਹੋਇਆ ਤਾਂ ਉਹਨਾਂ ਨੂੰ ਸਾਰਾ ਬੈਗ ਖੁਲਵਾ ਲੈਣਾ ਖੁਲਵਾ ਕੇ ਦੇਖ ਲੈਂਦੇ ਆ ਹਾਂਜੀ ਅਤੇ ਈਵਨ ਕਿ ਜੋ ਛੋਟੇ ਬੈਗ 'ਚ ਵੀ ਲੈ ਕੇ ਆਉਣਾ ਉਹ ਵੀ ਇੱਕ ਵੱਖਰੀ ਸਾਈਡ 'ਤੇ ਪਾ ਕੇ ਲਿਆਉਣਾ ਹੈ ਕਿਉਂਕਿ ਜਦੋਂ ਇਮੀਗ੍ਰੇਸ਼ਨ ਵਾਸਤੇ ਚੈਕਿੰਗ ਕਰਨਾ ਤਾਂ ਉਹਨਾਂ ਨੇ ਸਾਰਾ ਤੁਹਾਡਾ ਸਮਾਨ ਚੈੱਕ ਕਰਨਾ ਤਾਂ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਇਲੈਕਟ੍ਰੋਨਿਕ ਦਾ ਸਮਾਨ ਹੈ ਉਹ ਸਾਰਾ ਅਲੱਗ ਕਰਕੇ ਉਹਨਾਂ ਦੇ ਕਾਰਟ ਦੇ ਵਿੱਚ ਪਾ ਦੇਣਾ ਠੀਕ ਹੈ ਅਤੇ ਬੈਗ ਜਿਹੜੇ ਉਹ ਅਲੱਗ ਰੱਖ ਦੇਣੇ ਆ ਅਤੇ ਬਾਕੀ ਫਲਾਈਟ ਕਿੱਦਾਂ ਦੀ ਰਹੀ ਹੈ ਐਮੀਰੇਟਸ ਤੋਂ ਆਇਆ ਹਰਮਨ ਅਤੇ ਇਹਦਾ ਜਿਹੜਾ ਵੀਜ਼ਾ ਸੀ ਉਹ ਥੋੜ੍ਹਾ ਜਿਹਾ ਲੇਟ ਆਇਆ ਸੀ 31 ਨੂੰ ਆਈ ਥਿੰਕ ਇਹਨੂੰ ਪਾਸਪੋਰਟ ਮਿਲਿਆ 31 ਨੂੰ ਸੋ ਜਲਦੀ ਜਲਦੀ ਟਿਕਟ ਕਰਵਾਈ ਅਤੇ ਟਿਕਟ ਹੋਈ ਸੀ 2 ਲੱਖ ਦੀ 2,10,000-12,000 ਦੀ ਐਂਡ ਐਮੀਰੇਟਸ ਦੀ ਕਰਵਾਈ ਸੀ ਕਿੱਦਾਂ ਵਧੀਆ ਸੀ ਹਾਂਜੀ ਬਹੁਤ ਵਧੀਆ ਜੀ ਰੋਟੀ ਪਾਣੀ ਕਿੱਦਾਂ ਰੋਟੀ ਪਾਣੀ ਸਹੀ ਕੈਨੇਡਾ ਲੈਂਡ ਕੀਤਾ ਤੇ ਕੈਨੇਡਾ ਕੇ ਕੀ ਚੀਜ਼ਾਂ ਲਾਈਕ ਉਹਨੇ ਆਫਿਸਰ ਨੇ ਕੀ ਪੁੱਛਿਆ ਤੇ ਉਸ ਤੋਂ ਪਹਿਲਾਂ ਜਿਹੜੀਆਂ ਸਕਰੀਨਿੰਗ ਵਗੈਰਾ ਹੁੰਦੀ ਉਹਨਾਂ ਬਾਰੇ ਥੋੜ੍ਹਾ ਜਿਹਾ ਦੱਸ ਦੇ ਤਾਂ ਕਿ ਜਿੰਨੇ ਆਉਣਾ ਉਹਨਾਂ ਨੂੰ ਇੱਕ ਵਾਰੀ ਥੋੜ੍ਹਾ ਜਿਹਾ ਆਈਡੀਆ ਜਿਹਾ ਹੋ ਜਾਏ ਕਿ ਹਾਂ ਯਾਰ ਮੈਂ ਇੱਥੇ ਉਤਰੂੰਗਾ ਫਿਰ ਐਂ ਹੋਊਗਾ ਤੇ ਇੱਦਾਂ ਸਾਰੀਆਂ ਗੱਲਾਂ ਪਤਾ ਦੇਖੋ ਜਦੋਂ ਇੱਥੇ ਲੈਂਡ ਹੋਏਗੀ ਉਵੇਂ ਜਦੋਂ ਤੁਸੀਂ ਬਾਹਰ ਆਓਗੇ ਸਾਰਿਆਂ ਨਾਲ ਅਤੇ ਜਿਹੜੇ PR ਵਾਲੇ ਹੈ ਜਿਹੜੇ ਹੋਰ ਕੋਈ ਪੁਰਾਣੇ ਸਟੂਡੈਂਟਸ ਹੈ ਉਹ ਅਲੱਗ ਚਲੇ ਜਾਣਗੇ ਤਾਂ ਉੱਥੇ ਇੱਕ ਆਫਿਸਰ ਖੜਾ ਹੁੰਦਾ ਹੈ ਲਾਊਂਜ ਦੇ ਬਾਹਰ ਇੱਕ ਰੂਮ ਹੈ ਉਹਦੇ ਬਾਹਰ ਖੜੇ ਹੁੰਦੇ ਉਹ ਦੱਸਦੇ ਪਏ ਹੁੰਦੇ ਵੀ ਜਿਹੜੇ ਨਿਊ ਸਟੂਡੈਂਟ ਨੇ ਉਹ ਇਸ ਕਮਰੇ ਦੇ ਵਿੱਚ ਆਣ ਕੇ ਬੈਠ ਜਾਓ ਉਹ ਕਮਰੇ ਦੇ ਵਿੱਚ ਤੁਹਾਨੂੰ ਇੱਕ ਥੋੜ੍ਹਾ ਚਿਰ ਬਿਠਾਉਣਗੇ ਜਿੰਨਾ ਚਿਰ ਸਾਰੀ ਫਲਾਈਟ ਦੇ ਪੈਸੈਂਜਰ ਨਹੀਂ ਫ੍ਰੀ ਹੋ ਜਾਂਦੇ ਉਹਨਾਂ ਚਿਰ ਤੁਹਾਨੂੰ ਕਮਰੇ 'ਚ ਬਿਠਾਈ ਜਾਣਗੇ ਜਦੋਂ ਇੱਕ ਵਾਰੀ ਬੈਠ ਗਏ ਫਿਰ ਤੁਹਾਨੂੰ ਕੁਛ ਕੁਛ ਸਟੂਡੈਂਟ ਲੈ ਕੇ ਜਾਣਗੇ ਯੂਜਲੀ 60 ਜਾਂ 70 ਦਾ ਪੇਅਰ ਹੁੰਦਾ ਹੈ ਲੈ ਕੇ ਜਾਂਦੇ ਆ ਅਗਾਂ ਦੂਸਰੇ ਆਫਿਸ ਦੇ ਵਿੱਚ ਉੱਥੇ ਤੁਹਾਡੇ ਡਾਕੂਮੈਂਟ ਚੈੱਕ ਕਰਦੇ ਆ ਡਾਕੂਮੈਂਟ ਜ਼ਿਆਦਾਤਰ ਕੀ ਹੁੰਦੇ ਨੇ ਉਹ ਲਾਊਂਜ ਦੇ ਵਿੱਚ ਅਨਾਊਂਸਮੈਂਟ ਕਰ ਦਿੰਦੇ ਆ ਅੱਛਾ ਵੀ ਆਹ ਵਾਲੇ ਡਾਕੂਮੈਂਟ ਤੁਸੀਂ ਪਹਿਲਾਂ ਹੀ ਆਪਦੇ ਕੱਢ ਕੇ ਰੱਖ ਲਓ ਬਿਲਕੁਲ ਅਲੱਗ ਰੱਖ ਲਓ ਤੇ ਈਵਨ ਕਿ ਫੋਨ ਵੀ ਬੰਦ ਕਰਾ ਦਿੰਦੇ ਆ ਕਰੀ ਕਹਿੰਦੇ ਵੀ ਫੋਨ ਵਗੈਰਾ ਨਾ ਆਵੇ ਤੇ ਨਾ ਹੀ ਤੁਸੀਂ ਉੱਥੇ ਫੋਨ ਫੜ ਕੇ ਯੂਜ਼ ਕਰਨਾ ਠੀਕ ਤੇ ਡਾਕੂਮੈਂਟਸ ਕਿਹੜੇ ਕਿਹੜੇ ਉਹਨਾਂ ਨੇ ਗਏ ਸੀ ਡਾਕੂਮੈਂਟ ਇੱਕ ਤਾਂ ਅਪਰੂਵਲ ਲੈਟਰ ਗਈ ਸੀ ਅਪਰੂਵਲ ਲੈਟਰ ਸਟੱਡੀ ਪਰਮਿਟ ਲਈ ਠੀਕ ਹੈ ਜਿਹੜੀ PPR ਹੁੰਦੀ ਆ ਹਾਂ ਉਹੀ
ਨਹੀਂ ਪੀਪੀਐਲ ਹੋਰ ਹੁੰਦੀ ਹੈ ਉਹ ਤਾਂ ਵੀਜ਼ਾ ਦੀ ਜਿਹੜੀ ਚਲੋ ਠੀਕ ਹੈ ਜੋ ਵੀ ਅਪਰੂਵਲ ਲੈਟਰ ਹੈ ਨਵਾਂ ਸਿਸਟਮ ਮੇਰੇ ਬਾਰੇ ਨਹੀਂ ਸੀ ਇੰਨਾ ਜ਼ਿਆਦਾ ਹੈਗਾ ਸੋ ਅੱਛਾ ਅਪਰੂਵਲ ਲੈਟਰ ਇੱਕ ਉਹਨਾਂ ਨੇ ਕਹੀ ਹੋਣੀ ਹੈ ਐਨਰੋਲਮੈਂਟ ਲੈਟਰ ਜਿਹੜੀ ਆਫਰ ਲੈਟਰ ਆਪਣੀ ਹੁੰਦੀ ਹੈ ਹਾਂਜੀ ਆਫਰ ਲੈਟਰ ਜਿਹੜੀ ਹੈ ਕਾਲਜ ਦੀ ਉਹ ਵੀ ਕਈ ਵਾਰੀ ਪੁੱਛ ਲੈਂਦੇ ਇਮੀਗ੍ਰੇਸ਼ਨ ਆਫੀਸਰ ਤੇ ਐਲਓਏ ਵੀ ਕਹਿੰਦੇ ਹੈ ਖਾਸ ਕਰਕੇ ਜੇ ਤੁਹਾਡੀ ਅਰਾਈਵ ਕਹਿਣ ਦੇ ਉੱਪਰ ਬਾਕੀ ਸਾਰਿਆਂ ਨੇ ਨਿਕਲ ਆਉਣਾ ਉੱਥੋਂ ਏਅਰਪੋਰਟ ਤੋਂ ਕੋਈ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਜਿਹੜੇ ਜ਼ਿਆਦਾ ਟੈਨਸ਼ਨ ਲੈ ਜਾਂਦੇ ਆ ਲਾਈਕ ਕਾਫੀ ਮੈਨੂੰ ਮੈਸੇਜ ਵੀ ਆਉਂਦੇ ਆ ਸੋ ਜ਼ਿਆਦਾਤਰ ਨੋਰਮਲ ਚੀਜ਼ਾਂ ਹੀ ਉਹਨਾਂ ਨੇ ਪੁੱਛਣੀਆਂ ਫਰਦਰ ਕੀ ਪੁੱਛ ਸਕਦੇ ਤੁਹਾਨੂੰ ਮੈਂ ਦੱਸ ਦੇਣਾ ਕਿ ਕਿਹੜੇ ਬੰਦੇ ਕੋਲ ਤੁਸੀਂ ਚੱਲੇ ਹੋ ਉਹਦਾ ਐਡਰੈਸ ਦੱਸੋ ਠੀਕ ਆ ਉੱਥੇ ਤੁਸੀਂ ਰਹਿਣਾ ਕਿੱਦਾਂ ਆ ਤੁਹਾਡਾ ਖਰਚਾ ਕੌਣ ਪੇ ਕਰੂਗਾ ਤੁਸੀਂ ਦੱਸ ਦੇਣਾ ਕਿ ਸਾਡੇ ਕੋਲ ਜੀ ਆਈ ਸੀ ਹੈਗੀ ਹੈ ਮੇਰਾ ਜੀ ਆਈ ਸੀ ਦਾ ਆ ਫੰਡ ਮੇਰੇ ਕੋਲ ਮਤਲਬ ਹੈਗੇ ਆ ਇਹ ਤੁਹਾਨੂੰ ਪੁੱਛ ਸਕਦੇ ਆ ਕਿ ਜਦੋਂ ਤੁਸੀਂ ਫੀਸ ਕਿੱਥੋਂ ਮੰਗਾਓਗੇ ਇਹ ਨਾ ਕਹਿ ਦਿਓ ਕਿ ਅਸੀਂ ਫੀਸ ਇੱਥੇ ਆ ਕੇ ਕਮਾਵਾਂਗੇ ਨਹੀਂ ਕਮਾਵਾਂਗੇ ਨਹੀਂ ਸਾਨੂੰ ਸਾਡੇ ਬੈਕ ਹੋਮ ਤੋਂ ਸਾਡੇ ਜਿਹੜੇ ਪੇਰੈਂਟਸ ਨੇ ਉਹ ਸਪੋਰਟ ਕਰਨਗੇ ਲਾਈਕ ਅਸੀਂ ਆਪਣੇ ਫੰਡਸ ਵੀ ਸ਼ੋਅ ਵਗੈਰਾ ਕੀਤੇ ਹੋਏ ਆ ਸੋ ਇਹ ਚੀਜ਼ਾਂ ਆਪਾਂ ਕਰਕੇ ਅਤੇ ਆਫਿਸਰ ਜ਼ਿਆਦਾ ਸਵਾਲ ਨਹੀਂ ਪੁੱਛਦਾ ਵਾਲੇ ਟਾਈਮ 'ਚ ਤਾਂ ਵੈਸੇ ਵੀ ਜ਼ਿਆਦਾ ਰਸ਼ ਹੁੰਦਾ ਅਤੇ ਉਹਨਾਂ ਹੁੰਦਾ ਜਲਦੀ ਜਲਦੀ ਅਸੀਂ ਜਿੰਨਾ ਜਲਦੀ ਹੋ ਸਕਦਾ ਰਸ਼ ਕੱਢੀਏ ਸੋ ਆਹੀ ਚੀਜ਼ਾਂ ਨੇ ਹੋਰ ਕੁਝ ਕਹਿਣਾ ਚਾਹੁੰਦਾ ਨਹੀਂ ਜੀ ਬਸ ਸਾਡਾ ਸਮਾਨ ਜਿਹੜਾ ਇਲੈਕਟ੍ਰੋਨਿਕਸ ਉਹ ਜ਼ਰੂਰ ਅਲੱਗ ਕਰਕੇ ਰੱਖੋ ਥਾਂ ਥਾਂ 'ਤੇ ਨਹੀਂ ਤੋਂ ਕਢਾਉਂਦੇ ਬਹੁਤ ਦਿੱਕਤ ਹੋਏਗੀ ਹਾਂ ਬਹੁਤ ਬੰਦਾ ਖੱਜਲ ਜਿਹਾ ਹੋ ਜਾਂਦਾ ਬਹੁਤ ਖੱਜਲ ਹੋ ਜਾਂਦੇ ਅਤੇ ਚਲੋ ਹੁਣ ਅਸੀਂ ਇੱਥੋਂ ਹੋ ਗਏ ਹਾਂ ਫ੍ਰੀ ਅਤੇ ਅਸੀਂ ਘੁੰਮਣ ਫਿਰਨ ਚੱਲੇ ਹਾਂ ਜਾਂਦੇ ਕਿਸੇ ਪਾਸੇ ਚੱਲੀਏ ਚਲੋ ਜੀ ਚਲੋ ਚਲ ਚਲ ਹੁਣ ਅਸੀਂ ਹਰਮਨ ਦੇ ਬੈਗ ਬੁੱਕ ਸਾਰੇ ਘਰ ਰੱਖ ਕੇ ਅਤੇ ਬਹਿ ਬੂ ਕੇ ਥੋੜ੍ਹਾ ਟਾਈਮ ਦੋ ਚਾਰ ਘੰਟੇ ਬਣ ਜਾਣਾ ਗੱਲਾਂ ਬਾਤਾਂ ਕਰਕੇ ਅਤੇ ਘੁੰਮਣ ਆਇਆ ਇੱਧਰ ਟ੍ਰਿਨਿਟੀ ਕਾਮਨਸ ਇੱਧਰ ਦੇਖ ਲਓ ਅੱਜ ਇੱਥੇ ਲਾਈਕ ਲੇਬਰ ਡੇ ਕਰਕੇ ਸਾਰਾ ਮਾਹੌਲ ਬੰਦ ਆ ਹੋਰ ਅਰਪਣ ਭਾਈ ਤੁਸੀਂ ਕੋਈ ਕਹਿਣਾ ਨਹੀਂ ਮਾਮਾ ਮੈਂ ਕੋਈ ਨਹੀਂ ਕਹਿਣਾ ਦੇਖ ਲਾ ਸਤਿ ਸ਼੍ਰੀ ਅਕਾਲ ਤੇਰੀ ਰਹਿ ਗਈ ਮੁੰਡਾ ਕਹਿੰਦਾ ਮੇਰੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਹੋ ਗਈ ਉਹਦੇ ਸਤਿ ਸ਼੍ਰੀ ਅਕਾਲ ਦੀ ਮੈਂ ਬੁਲਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਹੁਣ ਦੇਖੋ ਜੀ ਸਾਰੇ ਜਣੇ ਅਸੀਂ ਇੱਥੇ ਖੜੇ ਹਾਂ ਅਤੇ ਬਸ ਆਹ ਵਲੌਗ ਆਪਾਂ ਇੱਥੇ ਕਰਦੇ ਹਾਂ ਐਂਡ ਹੁਣ ਚੱਲਦੇ ਹਾਂ ਕਿਸੇ ਪਾਸੇ ਨੂੰ ਦੇਖਦੇ ਹਾਂ ਕਿੱਧਰ ਨੂੰ ਜਾਣਾ ਚਲੋ ਜੀ ਮਿਲਦੇ ਹਾਂ ਫਿਰ ਕਿਸੇ ਹੋਰ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਤੂੰ ਵੀ ਬੁਲਾ ਦੇ ਫਿਰ ਰੋਲਾ ਤਾਂ ਪਾਈ ਚੰਗਾ।